ਬਰੇਟਾ ਸਥਾਨਕ ਸ਼ਹਿਰ ਵਿੱਚ ਸੀਵਰੇਜ ਦੀ ਸਮੱਸਿਆ ਨੂੰ ਲੈ ਕੇ ਅੱਜ ਦੂਸਰੀ ਵਾਰ ਨਗਰ ਕੌਂਸਲ ਵਿਖੇ ਪਿੰਡ ਧਰਮਪੁਰਾ ਬਰੇਟਾ ਪਿੰਡ ਦੇ ਨੌਜਵਾਨ ਵਾਰਡ ਨੰਬਰ 9 ਅਤੇ 11 ਦੇ ਲੋਕਾਂ ਤੋਂ ਇਲਾਵਾ ਇਲਾਕੇ ਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਰੋਸ ਧਰਨਾ ਦਿੱਤਾ ਗਿਆ। ਤੱਕਦਾ ਸੀ ਉਹਨਾਂ ਨੂੰ ਅਲਟੀਮੇਟਮ ਦਿੱਤਾ ਸੀ ਤੇ ਅਸੀਂ ਕਿਹਾ ਸੀ ਕਿ ਜੇ ਸਮੱਸਿਆ ਦੇ ਹੱਲ ਵਾਸਤੇ ਕੋਈ ਯਤਨ ਨਹੀਂ ਕੀਤਾ ਜਾਂਦਾ, ਜੇ ਪ੍ਰਬੰਧ ਵਾਸਤੇ ਕੋਈ ਕੋਸ਼ਿਸ਼ ਨਹੀਂ ਕੀਤੀ ਜਾਂਦੀ ਤਾਂ ਅਸੀਂ 7 ਤਰੀਕ ਨੂੰ ਧਰਨਾ ਲਾਵਾਂਗੇ। ਅਗਲੇ ਦਿਨ ਸਾਨੂੰ ਪੀਓ ਸਾਹਿਬ ਨੇ ਬੁਲਾਇਆ, ਉਹਨਾਂ ਨੇ ਸਾਨੂੰ ਵਿਸ਼ਵਾਸ ਦਵਾਇਆ ਕਿ 3 ਤਰੀਕ ਨੂੰ ਤੁਹਾਡੀ ਐਸਡੀਐਮ ਸਾਹਿਬ ਨਾਲ ਮੀਟਿੰਗ ਕਰਵਾਵਾਂਗੇ, ਪਰ ਉਹਨਾਂ ਨੇ ਐਸਡੀਐਮ ਸਾਹਿਬ ਨਾਲ ਮੀਟਿੰਗ ਕਰਵਾਉਣ ਦੀ ਬਜਾਏ ਆਪਣੇ ਤੌਰ ਤੇ ਉੱਥੇ ਜਿਹੜਾ ਹੈਗਾ ਡੰਗ ਜਿਹੜਾ ਜੱਸੀ ਨਗਰ ਕੌਂਸਲ ਦੇ ਖਿਲਾਫ ਧਰਨਾ ਦਿੱਤਾ, ਇਹ ਧਰਨਾ ਦਾ ਹੈਗਾ ਸੀਗਾ ਵੀ ਇਹਨਾਂ ਦੀ ਕਮੇਟੀ ਬਣਾਈ ਹੈ ਪਿੰਡਾਂ ਦੀ, ਅਸੀਂ ਉਹਨਾਂ ਦੇ ਸੱਦੇ ਤੇ ਮਾਮੂਲੀ ਸੱਦੇ ਤੇ ਆਪਦੇ ਆਪ ਆਇਆ ਜੀ। ਜੋ ਅਗਲਾ ਸੱਦਾ ਦੇਣਗੇ ਤਾਂ ਅਸੀਂ ਪੂਰੀ ਆਪਦੀ ਫੋਰਸ ਲੈ ਕੇ ਆਵਾਂਗੇ। ਸਿਵਲ ਹਸਪਤਾਲ ਅਜਨਾਲਾ ਵਿਖੇ ਡੋਪ ਟੈਸਟ ਦੀ ਸਹੂਲਤ ਨਾ ਮਿਲਣ ਕਰਕੇ ਲੋਕ ਕਾਫੀ ਪਰੇਸ਼ਾਨ ਹੋ ਰਹੇ ਨੇ, ਜਿਸ ਨਾਲ ਉਹਨਾਂ ਨੂੰ ਭਾਰੀ ਜੁਰਮਾਨਾ ਭਰਨਾ ਪਵੇਗਾ। ਇਸ ਲਈ ਉਹਨਾਂ ਨੇ ਮੰਗ ਕੀਤੀ ਕਿ ਹਸਪਤਾਲ ਅੰਦਰ ਕਿੱਟਾਂ ਮੁਹੱਈਆ ਕਰਵਾਈਆਂ ਜਾਣ। ਸਰ, ਡੋਪ ਟੈਸਟ ਦੀਆਂ ਕਿੱਟਾਂ ਸਾਨੂੰ ਚੰਡੀਗੜ੍ਹ ਤੋਂ ਸਪਲਾਈ ਹੁੰਦੀਆਂ ਸੀਗੀਆਂ, ਜਿਹੜੀਆਂ ਕਿ ਕੁਛ ਪਿਛਲੇ ਸਮੇਂ ਤੋਂ ਜਿਹੜੀਆਂ ਸਪਲਾਈ ਨਹੀਂ ਹੋ ਰਹੀਆਂ। ਸਾਡੇ ਕੋਲ ਇਹ ਸਿਵਲ ਹਸਪਤਾਲ ਅਜਨਾਲਾ ਦੇ ਵਿੱਚ ਕਾਫੀ ਦੇਰ ਤੋਂ ਜਿਹੜੀਆਂ ਨੇ ਇਹ ਖਤਮ ਹੋ ਗਈਆਂ ਸੀ। ਸਾਨੂੰ CSC ਵੇਰਕਾ ਤੋਂ 75 ਕਿੱਟਾਂ ਮਿਲੀਆਂ ਸੀ, ਅਸੀਂ ਉਹਨਾਂ ਦੇ ਨਾਲ ਪਿਛਲੇ ਤਕਰੀਬਨ 1 ਮਹੀਨੇ ਤੋਂ ਟੈਸਟ ਕਰਦੇ ਪਏ ਸੀ, ਪਰ ਸਾਡੇ ਕੋਲ ਉਹ ਵੀ ਹੁਣ ਖਤਮ ਹੋ ਚੁੱਕੀਆਂ ਨੇ। ਜਿੰਨਾ ਚਿਰ ਸਾਡੇ ਕੋਲ ਨਵੀਆਂ ਕਿੱਟਾਂ ਨਹੀਂ ਆਉਂਦੀਆਂ ਹੈਗੀਆਂ ਉਹਨਾਂ ਚਿਰ ਇਹ ਟੈਸਟ ਜਿਹੜਾ ਅਸੀਂ ਨਹੀਂ ਕਰ ਸਕਦੇ ਜੀ। ਅਤੇ ਆਪਣੇ ਆਪ ਹੀ ਇਸ ਹਸਪਤਾਲ ਦੇ ਪ੍ਰਸ਼ਾਸਨ ਨੇ ਜਿਹੜਾ ਉਹ ਟੈਸਟਾਂ ਨੂੰ ਚੇਂਜ ਕਰਕੇ 10 ਦਿਨ 'ਤੇ ਕਰਤਾ ਜੀ। ਜਿਹੜੇ ਬਾਕੀ 10 ਸੀਗੇ ਉਹ ਪਰੇਸ਼ਾਨ ਹੋਏ, ਵਿਚਾਰੇ ਰਸੀਦਾਂ ਕਟਾਈਆਂ, ਸਭ ਕੁਝ ਕਰਾਇਆ, ਉਸ ਤੋਂ ਬਾਅਦ ਵਾਪਸ ਚਲੇ ਗਏ। ਉਹਨਾਂ ਨੂੰ ਕਿਹਾ ਗਿਆ ਤੁਸੀਂ ਮੰਗਲਵਾਰ ਆਇਓ, ਅੱਜ ਮੰਗਲਵਾਰ ਫਿਰ ਦੁਬਾਰਾ ਉਹ ਸਾਰੇ ਆਏ, ਮੈਂ ਵੀ ਆਇਆ, ਪਰ ਉਹ ਆਉਣ ਦੇ ਬਾਵਜੂਦ ਵੀ ਜਿਹੜਾ ਆ ਉਹ ਅੱਜ ਇੱਥੋਂ ਪਤਾ ਲੱਗਾ ਵੀ ਸਾਰੇ ਕਿੱਟਾਂ ਹੀ ਖਤਮ ਹੋ ਗਈਆਂ। ਅੰਮ੍ਰਿਤਸਰ ਵਿੱਚ ਚੱਲਦੀਆਂ ਲੋਕਲ ਬੱਸਾਂ BRTC ਦੀ ਰਫ਼ਤਾਰ 'ਤੇ ਅੱਜ ਬ੍ਰੇਕ ਲੱਗ ਗਈ ਹੈ। ਪਿਛਲੇ 5-6 ਮਹੀਨਿਆਂ ਤੋਂ ਸੈਲਰੀ ਨਾ ਮਿਲਣ ਕਰਕੇ ਅੱਜ ਸਵੇਰੇ 4 ਵਜੇ BRTC ਦੇ ਮੁਲਾਜ਼ਮਾਂ ਨੇ ਲਗਾਇਆ ਧਰਨਾ। ਤੇ ਮੀਟਿੰਗ ਦਾ ਟਾਈਮ 3-4 ਮਿੰਟ, ਆਂਦੇ 5 ਮਿੰਟ ਮੀਟਿੰਗ ਕਰ ਲਈ ਕਲੋਲਣਾ ਸਾਨੂੰ ਕਰੋਲਾ ਆ ਜਾਊਗਾ। ਸਾਨੂੰ ਨਹੀਂ ਆ ਚੱਲਿਆ ਜਿਹੜੇ ਰਾਤ ਦਿਨ ਧੱਕੇ ਖਾਂਦੇ ਫਿਰਦੇ ਆ। ਕਰੋਨਾ ਦੇ ਬਹਾਨੇ ਦੇ ਨਾਲ ਸਾਨੂੰ ਇਹਨਾਂ ਮੀਟਿੰਗ ਹੀ ਨਹੀਂ ਦਿੱਤੀ, ਸਾਡੇ ਨਾਲ ਗੱਲਬਾਤ ਨਹੀਂ ਕੀਤੀ। ਜੇ ਗੱਲਬਾਤ ਹੁੰਦੀ ਸੀ ਤੇ ਇੰਨੀ ਹੁੰਦੀ ਸੀ ਵੀ ਉੱਤੇ ਗੱਲਬਾਤ ਹੋ ਰਹੀ ਆ, ਪਰ ਉਹਦਾ ਸਿੱਟਾ ਕੋਈ ਨਿਕਲੂਗਾ ਤੁਹਾਨੂੰ ਦੱਸਾਂਗੇ। ਸਾਡੇ ਵੱਸ ਦੀ ਗੱਲ ਕੋਈ ਨਹੀਂ, ਅਸੀਂ ਕੁਛ ਨਹੀਂ ਕਰ ਸਕਦੇ ਇਹਦੇ ਵਿੱਚ, ਜੋ ਉੱਤੋਂ ਹਦਾਇਤਾਂ ਆਉਣਗੀਆਂ। ਮੇਰਾ ਨਾਂ ਸ਼ਮਸ਼ੇਰ ਹੈ ਜੀ। ਕੀ ਹੋਇਆ ਜੀ ਧਰਨਾ ਲਾ ਰਹੇ? ਧਰਨਾ ਸਾਡੇ ਤਨਖਾਹਾਂ ਇਹ 5-6 ਮਹੀਨੇ ਤਨਖਾਹਾਂ ਨਹੀਂ ਮਿਲਦੀਆਂ ਮਾਰਚ ਦੀਆਂ। ਹਾਂਜੀ, ਮਾਰਚ ਨੂੰ ਤਨਖਾਹਾਂ ਨਹੀਂ ਦੇਣਗੇ। ਸਾਡੀ ਕਹੀ ਸੀ 12,700। ਬਰਨਾਲਾ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਪਟਿਆਲਾ ਡਿਵੀਜ਼ਨ ਦੇ ਕਮਿਸ਼ਨਰ ਸ਼੍ਰੀ ਚੰਦਰ ਗੇਂਦ ਨੇ ਕਿਹਾ ਕਿ ਪੰਜਾਬ ਅੰਦਰ ਪ੍ਰਦੂਸ਼ਣ ਦਾ ਪੱਧਰ ਦਿਨੋ ਦਿਨ ਵੱਧਦਾ ਜਾ ਰਿਹਾ ਹੈ, ਇਸ ਨੂੰ ਘੱਟ ਕਰਨ ਲਈ ਸਰਕਾਰ ਅਤੇ ਉੱਚ ਅਧਿਕਾਰੀਆਂ ਨੂੰ ਕੁਝ ਸਖ਼ਤ ਫੈਸਲੇ ਲੈਣੇ ਪੈਣੇ ਨੇ। ਸਾਡੇ ਬਰਨਾਲੇ ਆਉਣ ਦਾ ਕੋਈ ਖਾਸ ਮੰਤਵ ਹੈ? ਇੱਥੇ ਅੱਜ ਅਸੀਂ ਨਵੀਂ ਸਕੀਮ ਲਾਂਚ ਕਰਾਂਗੇ ਜਿਸ ਨੂੰ ਅਸੀਂ ਨਾਮ ਦੇਵਾਂਗੇ ਟਰੀਜ਼ ਫੋਰ ਗਨਸ। ਟਰੀਜ਼ ਫੋਰ ਗਨਸ ਕੀ ਹੈ? ਇਸ ਤਰ੍ਹਾਂ ਅਸੀਂ ਆਰਮਸ ਲਾਈਸੈਂਸ ਬਣਾਉਣੇ ਹੈਗੇ ਹਾਂ, ਅਤੇ ਆਰਮਸ ਲਾਈਸੈਂਸ ਬਣਾਉਣੇ ਹੈ ਕਾਹਦੇ ਲਈ ਬਣਾਉਣੇ ਹੈ? ਆਪਣੇ ਸੈਲਫ ਪ੍ਰੋਟੈਕਸ਼ਨ ਲਈ ਬਣਾਉਣੇ ਹੈ। ਜੇ ਅਸੀਂ ਇਹਨੂੰ ਇੱਕ ਦੂਸਰਾ ਨਾਮ ਵੀ ਦੇ ਦਈਏ ਕਿ ਜੇ ਅਸੀਂ ਇਹਨੂੰ ਪੇੜਾਂ ਦੇ ਨਾਲ ਜੋੜ ਦਈਏ, ਜਿੰਨੇ ਆਰਮਸ ਲਾਈਸੈਂਸ ਬਣਾਉਣੇ ਨੇ ਉਹ 10 ਪੌਦਿਆਂ ਦੀ ਸੈਲਫੀ ਲੈ ਕੇ ਆਏਗਾ ਔਰ ਸੈਲਫੀ DC ਸਾਹਿਬ ਨੂੰ ਦਿਖਾਏਗਾ। DC ਸਾਹਿਬ ਉਹਨੂੰ ਫਿਰ ਫਾਈਲ ਇਸ਼ੂ ਕਰਨਗੇ। ਮਹੀਨੇ ਬਾਅਦ ਦੁਬਾਰਾ ਉਹ ਸੈਲਫੀ ਲੈ ਕੇ ਆਏਗਾ ਕਿ ਹੁਣ ਇਹ ਪੌਦੇ ਵੱਡੇ ਹੋ ਗਏ ਨੇ, ਮੈਂ ਇਹਦੇ ਨਾਲ ਸੇਵਾ ਕੀਤੀ ਹੈ, ਅਤੇ ਫਿਰ ਉਹਦੇ ਉੱਤੇ ਡੋਪ ਟੈਸਟ, ਪੁਲਿਸ ਰਿਪੋਰਟ ਵਗੈਰਾ ਵਗੈਰਾ ਜੋ ਕਾਰਵਾਈ ਹੁੰਦੀ ਹੈ ਰੂਟੀਨ 'ਚ ਕਾਰਵਾਈ ਸ਼ੁਰੂ ਹੋਏਗੀ। ਸਾਡੇ ਟੋਟਲ ਬਰਨਾਲਾ ਦੇ ਵਿੱਚ 9,532 ਆਰਮਸ ਲਾਈਸੈਂਸ ਹੈਗੇ ਨੇ, ਜਿਹਦੇ ਵਿੱਚ ਤਕਰੀਬਨ ਰਿਨਿਊ 200 ਦੇ ਕਰੀਬ ਹੁੰਦਾ ਹੈਗਾ ਔਰ 3 ਜਾਂ 4 ਲਾਈਸੈਂਸ ਨਵੇਂ ਬਣਦੇ ਨੇ। ਸੋ ਅਸੀਂ 200 ਦੀ ਫਿਗਰ ਨੂੰ ਜੇ ਲੈ ਕੇ ਚੱਲਦੇ ਹਾਂ, 5 ਪੌਦੇ ਵੀ ਲਗਾਉਂਦਾ ਕੋਈ ਬੰਦਾ ਤਾਂ ਸਾਡੇ ਕੋਲ 1,000 ਪੌਦਾ 1 ਮਹੀਨੇ ਦੇ ਵਿੱਚ ਲੱਗਦਾ ਹੈ, ਯਾਨੀ ਕਿ 12,000 ਪੌਦਾ 1 ਸਾਲ ਦੇ ਵਿੱਚ ਲੱਗੇਗਾ, ਜਿਹੜਾ ਕਿ ਲੋਕਾਂ ਦੇ ਸਹਿਯੋਗ ਦੇ ਨਾਲ ਲੱਗੇਗਾ।
किसी पैसे का कोई खर्चा नहीं आएगा, सरकारी पैसा या गैर सरकारी पैसे का। जिहड़ा बंदा 1 लाख का वैपन लै सकदा है तो वह 100 रुपया या 150 रुपये का पौधे भी लगा सकदा है अपने वातावरण में हरा भरा और स्वच्छ रखने लिए। पंजाब दे सेहत मंत्री बलवीर सिंह सिद्धू अज जलंधर पहुंचे अते 3 नवे शहरी कम्यूनिटी हैल्थ सेंटरां दा कीता उद्घाटन। देखो गल इदा हैगी आ, मेरे कोल आ लिस्ट हैगी आ, जरा दिओ मैं तुहानू दस दिना कि 3100 दा टारगेट है पर डे दा, पर जिहड़ा साडा सिविल सर्जन वल्लों डाटा मेरे कोल हैगा जां कल दा हैगा, और तकरीबन 3600 दे उत्ते सैंपल भी लए गए ने, कल 3300 सैंपल भी होए ने। इह डाटा सुणो सुणो मेरी गल, थोड़ी प्रेस वाले ने पहला किया, असी 2 बार बुलेटिन जारी करते सके, लेकिन असी फिर वो जो कन्फ्यूजन होने लग गया असी सिंगल टाइम करता, जिहड़ा 4:30 तक रिपोर्ट आ उसनू असी पूरी नसर करते हैं बकायदा। और दूजी गल, बाकी स्टेटा तो कुछ भी होवे, जिन्ना भी तुहानू डाटा दिखा रहे हैं सारा पारदर्शी है, एक भी बंदा उपर नीचे नहीं हो सकता। जिला संगरूर दे दिड़बा विच महला निवासियों ने सीवरेज की परेशानी नूं लैके धरना प्रदर्शन करते हुए प्रशासन अते सरकार खिलाफ नारेबाजी की। दूसरे नंबर ते 18,75,00,000 रुपया सीवर दा आए हुए नूं कई साल बीत चुके, दिड़बे दे विच सारा सीवरेज पै चुका, असी साडा क्यों नहीं पैंदा, साडी गली च क्यों नहीं सीवरेज पैंदा, साडा भी पानी दा निकास कीता जावे। पंज साल जिद्दां दी कमेटी बणी उहदे नाल संस्था भोग रहे, जे किसे कोले जांदे आ तां उस तों सुखा बोलदे ने, कदे मता रखाउंदे ने, आ मता पाता जी, आ फलाणा करता जी, साडा आड़मिठा धरना होगा जी, यही बेनती आ अफसरां नूं, सीवरेज नजर पैंदा ने, आ टेंट लाता जी, अही आड़मिठा धरना, उरे गंद पावांगे कमेटी च पूरा जी, गोहा सट्टांगे लिया के, अज तां सीवरेज मंगे रख रहे, होर कुछ नहीं मंगे। वाहिगुरू जी खालसा। अज इन्हां दा जिहड़ा ड्रेन दा मसला सीगा कि जिहड़ा पानी आ उह ड्रेन करना सी अगे, वो अगे इन्हां ने एक मता पाया होया आ पाइप्स नूं पाउण वास्ते 13,87,000 दा, वो इन्हां ने मता पा के अगे टेंडर लाउणा आ, 30/7 नूं मता पिया सीगा, ते 21 दिन दा टाइम हुंदा है पैसे दा ऑब्जेक्शन आना है या नहीं आना है। इन द मीन टाइम 19/8 मैं अपने ये मोढ़िया ते गोढ़िया तो बहुत दुखी सी, मेरे लिए तो तुरना फिरना भी इन्ना औखा होया सी, मैं दस भी नहीं सकता, पर जब तो मैनू फिर रिलीफ मिले 2.5-3 महीने इस्तेमाल करने तो बाद गोडे भी ओके मोढ़े भी ओके। जी तुसी भी किसी इस तरह की बीमारी तो परेशान हो तो बेझिझक होकर इस इस्तेमाल करो, सिर्फ 2.5-3 महीने, ये 125 बीमारियां तक दे इलाज कर सकता है, फिर रिलीफ हमेशा याद रखो। बस कुछ दिनों तो मैनू बालों की बड़ी समस्या सी, मेरे बाल झड़ने शुरू हो गए सी, मैनू मेरे दोस्त ने ऑयल फिर रिलीफ वाले दस्या, मैं ये तेल 3 महीने लाना अपने सिर पर अप्लाई किया, ये बिल्कुल आयुर्वैदिक तेल है, यदा कोई साइड इफेक्ट नहीं है, तो मेरे बाल जिहड़े गंजपन पैना शुरू हो गया से वो दोबारा आने लग गए, तो मैनू तो बड़ा फायदा दिता इसने। जे तुहानू भी किसी इस तरह की प्रॉब्लम का तुसी सामना कर रहे हो तो यह तेल लाना ना भुलो। कितना कि असी अपने बालों करके शर्म फील करते हैं, कि सोसाइटी बैठे हैं कि कोई मजाक ना कर रहा है, पर थैंक्स टू फ्री लिफ जिन्हें मेरा एक कॉन्फिडेंस बिल्ड किया, जिसे लगान नाल मैं मार्केट से बड़ा ही कॉन्फिडेंट हाँ, और ये मैं बड़ा फायदा होया, तो मैं सर्वाइकल की भी दिक्कत सी तो वो भी मैं बड़ा रिलीफ मिले। ये यूज़ करो तो मैं प्रैक्टिकल यूज़ कर रहा।